ਰੈਡੀ ਪੰਜਾਬ ਵਿੱਚ 29 ਸਰਗਰਮੀਆਂ ਕਰਕੇ ਵੱਡੀ ਚਿੰਤਾ ਪੈਦਾ ਹੋਣ ਲੱਗੀ ਹੈ ਡੰਡੀ ਇਹ ਛੋਟਾ ਜਿਹਾ ਰਾਜ ਉਦੋਂ ਦੇਸ਼ ਵਿੱਚ ਹਰਾ ਇਨਕਲਾਬ ਲਿਆਉਣ ਵਿੱਚ ਕਾਮਯਾਬ ਹੋਇਆ ਸੀ ਜਦੋਂ ਇੱਥੇ ਖੁਰਾਕ ਦੀ ਵੱਡੀ ਲੋੜ ਸੀ ਅਤੇ ਅਨਾਜ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ ਡੰਡੀ ਉਸ ਸਮੇਂ ਪੰਜਾਬ ਦੀ ਖੇਤੀ ਉਪਜ ਨੂੰ ਦੇਸ਼ ਭਰ ਵਿੱਚ ਵੱਡਾ ਹੰਗਾਰਾ ਮਿਲਦਾ ਰਿਹਾ ਹੈ ਡੰਡੀ ਉਸ ਸਮੇਂ ਖਾਸ ਤੌਰ ਉਤੇ ਵੱਡੀ ਮਾਤਰਾ ਵਿੱਚ ਕਣਕ ਅਤੇ ਚਾਵਲ ਪੈਦਾ ਕਰਕੇ ਇਸ ਛੋਟੇ ਜਿਹੇ ਸੂਬੇ ਨੇ ਦੇਸ਼ ਦਾ ਢਿੱਡ ਭਰਿਆ ਸੀ ਡੰਡੀ ਪਰ ਲੰਮੇ ਸਮੇਂ ਤੱਕ ਇਹ ਦੋ ਫਸਲੀ ਚੱਕਰ ਚਲਦਾ ਰਹਨ ਕਾਰਨ ਰਾਜ ਲਈ ਕਈ ਪੱਖਾਂ ਤੋਂ ਮੁਸ਼ਕਲਾਂ ਵੀ ਖੜੀਆਂ ਹੋਣ ਲੱਗ ਪਈਆਂ ਡੰਡੀ ਖੇਤੀ ਨੂੰ ਹੰਡ ਅਨਸਾਰ ਬਣਾਉਣ ਲਈ ਅਤੇ ਰਾਜ ਵਿੱਚ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਖੇਤੀ ਆਧਾਰਿਤ ਅਤੇ ਹੋਰ ਸਨਤਾਂ ਲਾਉਣ ਦੀ ਜ਼ਰੂਰਤ ਸੀ ਡੰਡੀ ਕਿਸੇ ਵੀ ਰਾਜ ਸਰਕਾਰ ਨੇ ਇਸ ਕੰਮ ਨੂੰ ਤਰਜੀਹੀ ਆਧਾਰ ਉੱਤੇ ਨਹੀਂ ਲਿਆ ਡੰਡੀ ਲੰਮੀ ਸੋਚ ਵਿਚਾਰ ਤੋਂ ਬਾਅਦ ਇਸ ਸਥਿਤੀ ਨੂੰ 모ੜਾ ਦੇਣ ਦੀ ਲੋੜ ਸੀ ਤਾਂ ਜੋ ਖੇਤੀ ਦੀ ਉਪਜ ਦਾ ਵੱਖ-ਵੱਖ ਢੰਗਾਂ ਨਾਲ ਲਾਭ ਉਠਾਇਆ ਜਾ ਸਕਦਾ ਡੰਡੀ ਜੇ ਯੋਜਨਾਬੱਧ ਢੰਗ ਨਾਲ ਇਸ ਅਮਲ ਨੂੰ ਸਿਰੇ ਚੜਾਇਆ ਜਾਂਦਾ ਤਾਂ ਇਸ ਨਾਲ ਕਿਸਾਨਾਂ ਦੀ ਖੁਸ਼ਹਾਲੀ ਵਿੱਚ ਵਾਅਦੇ ਦੀ ਆਸ ਕੀਤੀ ਜਾ ਸਕਦੀ ਸੀ ਡੰਡੀ ਪਰ ਜੇਕਰ ਖੇਤੀ ਆਦਾਰਤ ਸੰਤਤਾਵੀਆਂ ਕਿਸੇ ਸਮੇਂ ਯੋਜਨਾਵਾਂ ਵੀ ਬਣਾਈਆਂ ਗਈਆਂ ਤਾਂ ਉਹ ਧਰੀਆਂ ਧਰਾਈਆਂ ਰਹਿ ਗਈਆਂ ਡੰਡੀ ਸੰਤਤਾ ਅਤੇ ਖੇਤੀ ਵਿੱਚ ਕਈ ਕਾਰਨਾ ਕਰਕੇ ਸੂਬਾ ਰੈਡੀ ਬੁਰੀ ਤਰ੍ਹਾਂ ਪਾਛੜ ਕੇ ਰਹਿ ਗਿਆ ਡੰਡੀ ਕਦੀ ਗੁਰਾਇਆ ਬਟਾਲਾ ਅਤੇ ਹੋਰ ਛੋਟੇ ਸ਼ਹਿਰਾਂ ਵਿੱਚ ਛੋਟੀਆਂ ਸਨਤਤੀ ਇਕਾਈਆਂ ਬੇहद ਪਰਫੁੱਲਤ ਹੁੰਦੀਆਂ ਸਨ ਡੰਡੀ ਅੱਜ ਇਹਨਾਂ ਵਿੱਚੋਂ ਬਹੁਤੀਆਂ ਸਨਤਤੀ ਅਕਾਈਆਂ ਬੰਦ ਹੋ ਚੁੱਕੀਆਂ ਹਨ ਡੰਡੀ ਸਰਕਾਰਾਂ ਦੀਆਂ ਨੀਤੀਆਂ ਕਰਕੇ ਅਤੇ ਕੇਂਦਰ ਦੀ ਪੰਜਾਬ ਪ੍ਰਤੀ ਅਸਾਵੀ ਨੀਤੀ ਕਰਕੇ ਪੰਜਾਬ ਦੀ ਸਨਤ ਪਰਫੁੱਲਤ ਨਹੀਂ ਹੋ ਸਕੀ ਡੰਡੀ ਕੁਝ ਹੋਰ ਰਾਜਾਂ ਨੂੰ ਸਨਤਾਂ ਲਈ ਇਰਾਇਤਾ ਤੇ ਸਹੂਲਤਾ ਮਿਲਣ ਕਰਕੇ ਇੱਥੋਂ ਦੇ ਸਨਤਕਾਰਾਂ ਵੱਲੋਂ ਵੀ ਸਨਤੀ ਇਕਾਈਆਂ ਦੂਜੇ ਰਾਜਾਂ ਵਿੱਚ ਲਗਾਈਆਂ ਜਾਂਦੀਆਂ ਰਹੀਆਂ ਡੰਡੀ ਅੱਜ ਇਹਨਾਂ 29 ਇਕਾਈਆਂ ਦੇ ਮਾਮਲੇ ਵਿੱਚ ਹਿਮਾਚਲ ਵਰਗਾ ਸੂਬਾ ਕਿਤੇ ਅੱਗੇ ਨਿਕਲ ਗਿਆ ਨਜ਼ਰ ਆਉਂਦਾ ਹੈ ਡੰਡੀ ਲਗਾਤਾਰ ਇੱਥੇ 29 ਇਕਾਈਆਂ ਵਧਨ ਨਾਲ ਇਸ ਦੀ ਆਰਥਿਕਤਾ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ ਡੰਡੀ ਹਰਿਆਣਾ ਤੇ ਜੁਪੀ ਦੇ ਦੇਸ਼ ਦੀ ਰਾਜਧਾਨੀ ਦੇ ਨਾਲ ਲੱਗਦੇ ਹੁਣ ਕਰਕੇ ਇਸ ਮਾਮਲੇ ਵਿੱਚ ਵੀ ਇਹਨਾਂ ਸੂਬਿਆਂ ਨੂੰ ਵੱਡਾ ਲਾਭ ਹੋਇਆ ਹੈ ਡੰਡੀ ਅੱਜ ਇਹਨਾਂ ਦੇ ਦਿੱਲੀ ਨਾਲ ਲੱਗਦੇ ਸਰਹੱਦੀ ਸ਼ਹਿਰਾਂ ਵਿੱਚ ਹਰ ਪੱਖੋਂ ਹੋਏ ਵਿਕਾਸ ਨੂੰ ਦੇਖ ਕੇ ਜਿੱਥੇ ਹੈਰਾਨੀ ਹੁੰਦੀ ਹੈ ਉੱਥੇ ਇਹ ਵੀ ਅਹਿਸਾਸ ਹੁੰਦਾ ਹੈ ਕਿ ਇਹਨਾਂ ਦੇ ਮੁਕਾਬਲੇ ਪੰਜਾਬ ਕਿੰਨਾ ਪਿੱਛੇ ਰਹਿ ਗਿਆ ਹੈ ਡੰਡੀ ਪਿਛਲੀਆਂ ਸਰਕਾਰਾਂ ਬਾਗ ਹੁਣ ਦੀ ਸਰਕਾਰ ਨੇ ਵੀ ਚੋਣਾਂ ਦੌਰਾਨ ਛੋਟਾ ਦੇ ਕੇ ਵੋਟਰਾਂ ਨੂੰ ਪਰਮਾਉਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਐਲਾਨ ਕੀਤੇ ਅਤੇ ਬਾਅਦ ਵਿੱਚ ਇਹਨਾਂ ਉੱਤੇ ਅਮਲ ਕੀਤੇ ਜਾਣ ਕਾਰਨ ਸੂਬਾ ਬੁਰੀ ਤਰ੍ਹਾਂ ਕਰਜ਼ੇ ਵਿੱਚ ਫਸ ਗਿਆ ਡੰਡੀ ਅੱਜ ਇਸ ਸੂਬੇ ਉੱਪਰ ਜਿੰਨਾ ਵੱਡਾ ਕਰਜ਼ਾ ਚੜ੍ਹ ਗਿਆ ਹੈ ਉਹ ਇਸ ਲਈ ਵੱਡਾ ਬੋਝ ਬਣ ਗਿਆ ਹੈ ਜਿਸ ਦੇ ਭਾਰ ਨੂੰ ਸਹਿਣਾ ਮੁਸ਼ਕਲ ਹੋ ਗਿਆ ਹੈ ਡੰਡੀ